ਗੋਲਦੀ ਵੀਰੇ ਕਿ ਕਰਾਂ ਯਾਰ ਫੇਵਰ ਚਾਹੀਦੀ ਆ ਅੱਜ ਤਾਂ ਭਾਵੇਂ ਜਾਣ ਵੀ ਮੰਗ ਲਾ ਮੇਰੀ ਖਤਰਨਾ ਮੇਰੇ ਸਹੁਰਿਆਂ ਦੇ ਘਰੇ ਥੋੜੇ ਦਿਨਾਂ ਲਈ ਕੁੱਕ ਲੱਗਣਾ ਪੈਣਾ ਆ ਉਹ ਤੈਨੂੰ ਮੈਂ ਜਾਣ ਲੈਣ ਲਈ ਕਿਹਾ ਤੈਨੂੰ ਮੈਂ ਜਾਣ ਨੂੰ ਸਿਆਪਾ ਪਾਉਣ ਨੂੰ ਨਹੀਂ ਕਿਹਾ ਕੰਮ ਤੇ ਨਾ ਖਾਲੀ ਕੁੱਕ ਲੱਗ ਜਾ ਹੈ ਆਪ ਉਥੇ ਡਰਾਈਵਰ ਲਗਾ ਮੈਨੂੰ ਕੁੱਕ ਲਵਾ ਦੇ ਮੇਰੀ ਮਾਸੀ ਦਾ ਮੁੰਡਾ ਫ੍ਰੀ ਉਹਨੂੰ ਸਕਿਉਰਿਟੀ ਗਾਰਡ ਲਵਾ ਦੇ ਤੇਰਾ ਚਾਚਾ ਵੀ ਪਿੰਡ ਵੇਲਾਈ ਆ ਉਹਨੂੰ ਮਾਲੀ ਲਵਾ ਉਥੇ ਕਿਆ ਸਹੁਰਿਆਂ ਦੀ ਲੇਬਰ ਸੈੱਟ ਕਰ ਰਿਹਾ ਯਾਰ ਤੂੰ ਯਾਰ ਦੀ ਖਾਤਰ ਕੁੱਕ ਨਹੀਂ ਲੱਗ ਸਕਦਾ ਹਨਾ ਵਾਹ ਇਹ ਤਾਂ ਬੜੀ ਵਾਰੀ ਸੁਣਿਆ ਸੀ ਕਿ ਯਾਰ ਯਾਰ ਨੂੰ ਥੁੱਕ ਲਾ ਗਿਆ ਇਹ ਕਦੀ ਨਹੀਂ ਸੁਣਿਆ ਕੋਈ ਯਾਰ ਕਿਸੇ ਯਾਰ ਨੂੰ ਕੋਕ ਲਾ ਗਿਆ ਗੋਲਦੀ ਵੀਰੇ ਜੇ ਤੂੰ ਥੋੜਾ ਜਿਹਾ ਵੀ ਮਸ਼ਹੂਰ 뮤직 ਡਾਇਰੈਕਟਰ ਹੁੰਦਾ ਨਾ ਮੈਂ ਤੈਨੂੰ ਕਦੇ ਨਹੀਂ ਕਹਿਣਾ ਸੀ ਤੈਨੂੰ ਕਿਹੜਾ ਕੋਈ ਜਾਣਦਾ ਫਿਰ ਤੈਨੂੰ ਕਾਹਦਾ ਕੰਪਲੈਕਸ ਜੇ ਤੂੰ ਉੱਥੇ ਕੰਮ ਕਰਦਾ ਕਰਦਾ ਮਸ਼ਹੂਰ ਵੀ ਹੋ ਗਿਆ ਭਾਵੇਂ ਤਵੇ ਤੇ ਫੁੱਲ ਕਾ ਛੜ ਗਿਆ ਜੀ ਮੈਂ ਨਹੀਂ ਕਹਿੰਦਾ ਹੋਰ ਦੱਸ ਮੇਰੇ ਵਰਗੇ ਸਾਦੇ ਜਿਹੇ ਬੰਦੇ ਦੀ ਕਿਸੇ ਸੋਹਣੀ ਜੀ ਕੁੜੀ ਨਾਲ ਕਹਾਣੀ ਸੈੱਟ ਹੋ ਜੇ ਨਾ ਅਗਲਾ ਆਪਣੇ ਆਪ ਨੂੰ ਬਾਦਸ਼ਾਹ ਸਮਝਣ ਲੱਗ ਪੈਂਦਾ ਤੇ ਮੈਨੂੰ 2.5 ਮਿੰਟ ਨਹੀਂ ਹੋਏ ਜੇ ਬਾਦਸ਼ ਉਹਨਾਂ ਦੇ ਕਿਚ ਲੱਗ ਜਾ ਕਿਰਾਏਦਾਰ ਹੈ ਪ੍ਰੋਫੈਸਰ ਉਹ ਯਾਰ ਉੱਥੇ ਆਪਣਾ ਕੁੱਕਰ ਖਾਉਣ ਨੂੰ ਫਿਰਦਾ ਜੇ ਕਿਤੇ ਉਸ ਕੁੱਕ ਨੇ ਮੇਰੇ ਸੁੱਤੇ ਪੇ ਦੀ ਮੁੱਛ ਪਟਲੀ ਨਾ ਮੇਰਾ ਤਾਂ ਸਾਰਾ ਪੇਤ ਖੋਲੇ ਆਣਾ ਜੇ ਤੂੰ ਉੱਥੇ ਰਹੇਂਗਾ ਵੀਰ ਘਟੂ ਘਟ ਮੈਨੂੰ ਸਾਰਾ ਤਰ ਹੋਊਗਾ ਨਾ ਔਖਾ ਖਬਰਦਾਰ ਹੈ ਜੇ ਦੁਬਾਰਾ ਮੈਨੂੰ ਕੁੱਕ ਬਣਨ ਲਈ ਕਿਹਾ ਤਾਂ ਯਾਰ ਮੈਂ ਭੇਜਣ ਨੂੰ ਤਾਂ ਕਿਸੇ ਹੋਰ ਦੋਸਤ ਨੂੰ ਵੀ ਭੇਜ ਦਿੰਦਾ ਪਰ ਤੂੰ ਹੀ ਇੱਕੋ ਇੱਕ ਹੈ ਜਿਆ ਦੋਸਤ ਹੈ ਜਿਹਨੂੰ ਅਜ ਤੱਕ ਮੇਰੀ ਵਾਈਫ ਨੇ ਕਦੇ ਦੇਖਿਆ ਨਹੀਂ ਨਾਲੇ ਸੁਖਨਾਲ ਤੇਰਾ ਟੱਬਾ ਆਪਣਾ ਤੈਨੂੰ ਰੋਟੀ ਦੇ ਆਰਡਰ ਰੂਡਰ ਵੀ ਲੈਣੇ ਆਉਂਦੇ ਆ ਯਾਰ ਮੇਰੇ ਜ਼ਿੰਦਗੀ ਦੇ ਪਹਿਲੇ ਇਸ਼ਕ ਦਾ ਵੀ ਸਵਾਦ ਮਾਰ ਕੇ ਰੱਖ ਦਿੱਤਾ ਤੂੰ ਉਹ ਮੈਂ ਆਪਣੀ ਰੋਟੀ ਪਕਾਉਣ ਵਾਲੀ ਦਾ ਪ੍ਰਬੰਧ ਕਰਦਾ ਪਿਆ ਤੇ ਤੂੰ ਮੇਰੇ ਕੋਲੋਂ ਪਰੌਂਠੇ ਬਣਵਾ ਵਾਹ ਕੋਈ ਨਾ ਫਿਰ ਜੇ ਮੇਰਾ ਘਰ ਉਜੜਦਾ ਨਾ ਬਸਨਪੁੱਤ ਤੇਰਾ ਵੀ ਨਹੀਂ ਦਿੰਦਾ ਹਾਂ ਆ ਜਿਹੜੇ ਗਾਣੇ ਦੀ ਵੀਡੀਓ ਬਣਾਈ ਹੈ ਲਿਖਿਆ ਤਾਂ ਮੈਂ ਹੋਇਆ ਨਾ ਮੈਂ ਤੈਨੂੰ ਐਨਓਸੀ ਲਈ ਹੈ ਹਾਂ ਮੈਂ ਕੋਟ ਜਾਊਂਗਾ ਮੈਂ ਨਹੀਂ ਜਾਊਂਗਾ ਫਿਰ ਕੋਰਟ ਨਾ 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 ਤੇਰੇ ਤੇ ਪੈਣਾ ਕਾਪੀਰਾਈਟ ਦਾ ਕੇਸ ਤੂੰ ਜਾਏਂਗਾ ਜੇਲ ਆ ਆਪਣੀ ਨਵੀਂ ਬੜੀ ਮਹਿਬੂਬਾ ਨੂੰ ਕਹਿਦੀ 500 ਰੋਡ ਤੇ ਜਿਹੜੀ ਜੇਲ ਪੈਂਦੀ ਹੈ ਨਾ ਉੱਥੇ ਆ ਜਾ ਕਰੂਗੀ ਮੁਲਾਕਾਤਾਂ ਕਰਨ ਓ ਯਾਰ ਗੱਲ ਤਾਂ ਸੁਣ ਮੇਰੀ ਹੁਣ ਕੋਰਟ ਦੀ ਸੁਣੂਗਾ ਮੈਂ ਓ ਗੱਲ ਤੇ ਰੁਕ ਜਾ ਯਾਰ ਜਰਾ 1 ਮਿੰਟ ਬਸ ਇਹਦਾ ਸ ਤੇਰੇ ਸਾਰੇ ਜ਼ਿਆਦਾ ਵੈਜਖਾਂ ਦੇ ਕਿ ਨਾਨ ਵੈਜ ਮਤਲਬ ਤੂੰ ਇਸੇ ਕੁੱਤੇ ਖਾਣੀ ਦਾ ਹੱਕਦਾਰ ਜਿਹੜੇ ਜੋ ਸੀਗੇ ਉਹ ਤੂੰ ਰਹਿ ਨਹੀਂ ਦਿੱਤੇ ਜਿਹੜੇ ਆਪਾਂ ਨਹੀਂ ਹੈਗੇ ਉਹ ਬਣੇ ਫਿਰਦੇ ਆ ਯਾਰ ਉਹ ਤੂੰ ਜ਼ਿੰਦਗੀ 'ਚ ਕਦੇ ਕਦੇ ਤਾਂ ਸਿਆਣੀ ਗੱਲ ਕਰਦਾ ਹੁੰਨਾ ਨਾ ਫਿਰ ਅੱਜ ਕਰ ਲੈ ਨਾਲੇ ਮੈਨੂੰ ਲੋੜ ਹੈ ਨਹੀਂ ਗੱਲ ਸੁਣ ਉਹ ਤੈਨੂੰ ਬੁੱਢਾ ਹੋ ਕੇ ਵੀ ਅਕਲ ਨਹੀਂ ਆਈ ਵਸੇ ਤੈਨੂੰ ਪਤਾ ਨਾਲੇ ਨਕਲੀ ਐ ਹਾਂ ਇਹੀ ਭਾਬੀ ਨੂੰ ਦੱਸਣਾ ਸੀ ਵੀ ਨਕਲੀ ਐ ਉਹ ਇਹੀ ਕਹਿੰਦੀ ਨਾ ਵੀ ਤੂੰ ਮਸਾ ਨਹੀਂ ਬਦਲਿਆ ਉਹਨੂੰ ਦੱਸਣਾ ਸੀ ਮੈਂ ਸਾਰਾ ਕੁਝ ਬਦਲ ਕੇ ਤਾਂ ਤੇਰੇ ਦਰ ਤੇ ਬੈਠਾ ਹੋਰ ਕਿੰਨਾ ਕੁ ਬਦਲ ਜਾ ਕੀ ਕਰਾਂ ਯਾਰ ਮੇਰੇ ਸੱਚ ਬੋਲਣ ਦੀ ਤਾਕਤ ਹੀ ਨਹੀਂ ਸੀ ਜੇ ਮੈਂ ਮਾਰ ਕੇ ਜਾਣਾ ਸੀ ਉਹ ਤੂੰ ਸੱਚ ਬੋਲਣਾ ਸੀ ਕਿ ਸੱਚ ਟਾਉਣਾ ਸੀ ਗੱਲਾਂ ਮਾਰਦਾ ਚੱਲ ਕੋਈ ਨਹੀਂ ਉਹ ਗੁਲੀ ਦੰਡਾ ਖੇਡਦੇ ਸੀ ਨਾ ਛੋਟੇ ਹੁੰਦੇ ਆ ਔਰ ਇਸ ਵੀ ਪਹਿਲਾ ਟੁੱਲ ਮਾਫ ਹੁੰਦਾ ਸੀ ਤੈਨੂੰ ਵੀ ਪਹਿਲਾ ਟੁੱਲ ਮਾਫ ਹੈ ਅਗਲੀ ਵਾਰੀ ਪੂਰੀ ਤਿਆਰੀ ਨਾਲ ਜਾਈਂ ਉਹ ਤਾਂ ਠੀਕ ਹੈ ਪਰ ਆ ਤੂੰ ਕਿਧਰ ਦੀ ਤਿਆਰੀ ਕੀਤੀ ਹੈ ਮਿਲਨ ਤਾਂ ਮੈਂ ਪਲਕ ਨੂੰ ਚੱਲਿਆ ਪਰ ਇਹਨਾਂ ਨੂੰ ਦੱਸਿਆ ਪਾਲਕ ਲੈਣ ਚੱਲਿਆ ਮੰਡੀਆਂ ਤੋਂ ਜਿਹੜੇ ਝੂਠ ਬੋਲਣਾ ਸ਼ੁਰੂ ਕਰਤਾ ਤੈਨੂੰ ਪਤਾ ਹੈ ਕਿੰਨੀ ਮੁਸ਼ਕਲ ਨਾਲ ਤੈਨੂੰ ਇੱਥੇ ਮੈਂ ਕੁੱਕਰ ਖਾਇਆ ਮੁਸ਼ਕਲ ਨਾ ਬੜਾ ਤੂੰ ਤਹਿਸੀਲਦਾਰ ਲਵਾਤਾ ਮੈਨੂੰ ਪੌਪ ਸਟਾਰ ਨੂੰ ਪੌਪ ਕੌਰਨ ਬਣਾਉਣ ਤੇ ਲਾਤ ਹੁਣ ਤੇ ਮੈਨੂੰ ਸੁਪਨੇ 'ਚ ਗਾਣੇ ਵੀ ਧਰੀ ਵਾਲੇ ਆਉਂਦੇ ਆ ਮੈਂ ਖਾੜਾ ਲਾ ਰਿਹਾ ਹਾਂ ਸੁਪਨੇ 'ਚ ਮੈਨੂੰ ਆਵਾਜ਼ਾਂ ਆਉਂਦੀਆਂ ਥੱਲੇ ਆਡੀਅੰਸ ਦੋ ਪਲੇਟ ਗਾਣੇ ਲਿਆਈਆਂ ਅ ਚੁੱਪ ਕਰ ਚੱਲ ਤੈਨੂੰ ਸਬਜੀ ਮੰਡੀ ਛੱਡ ਦਮੈਂ ਮੇਰਾ ਮਤਲਬ ਹਸਤਾਵਲ ਛੱਡਦਾ ਚੱਲ ਤੋਰ ਛੱਡ ਦਸਨਗਾ ਤੂੰ